ਘਰ ਦੇ ਬਾਹਰੋਂ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਬੇਖੌਫ ਹੋ ਕੇ ਆਏ ਇਸ ਚੋਰ ਦੇ ਵੱਲੋਂ ਬਾਈਕ ਨੂੰ ਚੋਰੀ ਕੀਤਾ ਗਿਆ, ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਮੋਢੇ ਦੇ ਉੱਤੇ ਪਰਨਾ ਰੱਖਿਆ ਹੋਇਆ ਅਤੇ ਇੱਕ ਸ਼ਖਸ ਤੁਰਿਆ ਆ ਰਿਹਾ। ਜੀ ਹਾਂ, ਦੱਸ ਦਈਏ ਕਿ ਇਹ ਸ਼ਖਸ ਨਹੀਂ, ਇੱਕ ਚੋਰ ਹੈ ਜੋ ਕਿ ਮੌਕਾ ਦੇਖਦੇ ਸਾਰ ਹੀ ਜੋ ਬਾਈਕ ਖੜ੍ਹਾ ਗਲੀ ਦੇ ਵਿੱਚ ਉਸ ਨੂੰ ਲੈ ਕੇ ਫਰਾਰ ਹੋ ਗਿਆ। ਹਾਲਾਂਕਿ ਇਸਦੇ ਕੋਲ ਇੱਕ ਚਾਬੀ ਹੁੰਦੀ ਹੈ, ਪਹਿਲਾਂ ਤਾਂ ਇਹ ਆਲਾ ਦੁਆਲਾ ਦੇਖਦਾ ਹੈ ਅਤੇ ਫਿਰ ਚਾਬੀ ਸਿੱਧਾ ਹੀ ਬਾਈਕ ਦੇ ਵਿੱਚ ਲਾਉਂਦਾ ਅਤੇ ਉਸ ਤੋਂ ਬਾਅਦ ਜਿਵੇਂ ਹੀ ਹੈਂਡਲ ਖੁੱਲ੍ਹਦਾ ਤਾਂ ਦੂਜੇ ਪਾਸੇ ਤੋਂ ਜਾ ਕੇ ਬਾਈਕ ਦੇ ਉੱਤੇ ਬੈਠਦਾ, ਕਿੱਕ ਮਾਰਦਾ ਅਤੇ ਫਰਾਰ ਹੋ ਜਾਂਦਾ। ਹਾਲਾਂਕਿ ਮੌਕੇ ਦੇ ਉੱਤੇ ਜਦੋਂ ਇਹ ਫਰਾਰ ਹੁੰਦਾ ਤਾਂ ਉਸ ਸਮੇਂ ਗਲੀ ਜੋ ਹੈ ਬਿਲਕੁਲ ਸੁੰਨਸਾਨ ਹੁੰਦੀ ਹੈ, ਕੋਈ ਵੀ ਇਸਨੂੰ ਨਹੀਂ ਦੇਖਦਾ। ਪਰ ਜਿਵੇਂ ਹੀ ਬਾਈਕ ਦਾ ਮਾਲਕ ਜਦੋਂ ਬਾਹਰ ਆ ਕੇ ਆਪਣਾ ਬਾਈਕ ਦੇਖਦਾ ਤਾਂ ਉਸ ਥਾਂ ਦੇ ਉੱਤੇ ਨਹੀਂ ਹੁੰਦਾ ਅਤੇ ਜਦੋਂ ਸੀਸੀਟੀਵੀ ਨੂੰ ਚੈੱਕ ਕੀਤਾ ਜਾਂਦਾ ਤਾਂ ਉਸਦੇ ਵਿੱਚ ਸਾਰੀ ਹੀ ਚੋਰੀ ਸਾਫ਼ ਹੋ ਜਾਂਦੀ ਹੈ ਕਿ ਇੱਕ ਸ਼ਖਸ ਜੋ ਕਿ ਪਰਨਾ ਰੱਖ ਕੇ ਮੋਢੇ ਦੇ ਉੱਤੇ ਆਉਂਦਾ ਅਤੇ ਉਹੀ ਬਾਈਕ ਨੂੰ ਲੈ ਕੇ ਫਰਾਰ ਹੋਇਆ। ਹਾਲਾਂਕਿ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ, ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਕਿਸੇ ਵੀ ਚੋਰ ਨੂੰ ਕਾਬੂ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਇੱਕ ਵਾਰ ਫਿਰ ਤੋਂ ਇਹ ਬਾਈਕ ਚੋਰੀ ਹੋ ਗਿਆ।